रेलवे विभाग वालों जलालाबाद के डीएवी रेलवे हार्ट स्टेशन के प्लेटफार्म की उसारी की जा रही है, पर ठेकेदार वालों वरते जा रहे मटीरियल से आम आदमी पार्टी आगू महेंद्र सिंह कचरा ने सवाल खड़े किए ने। उन्हों का कहना है कि ठेकेदार वालों प्लेटफार्म की उसारी लिए बेहद घटिया मटीरियल वरत्या जा रहा है, जिस संबंधी आप आगू ने इस ठेकेदार के अधिकारियों का घोटाला दसद रेल विभाग के उच्च अधिकारियों तो मटीरियल की जांच की मांग की है। तो उधर ठेकेदार के वर्कर वालों उसारी लिए वरते जा रहे मटीरियल बिल्कुल सही ठहराया है। ब्यूरो रिपोर्ट, न्यूज़ टुडे पंजाब। ਤੁਹਾਡੇ ਸਾਹਮਣੇ ਹੀ ਤੁਸੀਂ ਵੇਖ ਚੁੱਕੇ ਹੋ, ਆਪਾਂ ਪਹਿਲਾਂ ਵੀ ਇੱਟਾਂ ਤੋੜ ਚੁੱਕੇ ਹਾਂ, ਬਸ ਐਂ ਮਾਰਦੇ ਹਾਂ ਚੂਰਾ ਚੂਰਾ ਇੱਟ ਹੋ ਜਾਂਦੀ ਹੈ। ਸਾਨੂੰ ਇਹਦੇ ਬਾਰੇ ਪਤਾ ਨਹੀਂ ਹੈ ਡੇਢ ਨੰਬਰ ਹੈ ਕਿ ਤਿੰਨ ਨੰਬਰ ਹੈ ਕਿ ਪੰਜ ਨੰਬਰ ਹੈ, ਤੁਹਾਡੇ ਸਾਹਮਣੇ ਦਿਖ ਰਿਹਾ। ਜੇ ਇਦਾਂ ਦਾ ਮਟੀਰੀਅਲ ਅਗਰ ਅਸੀਂ ਯੂਟੀਲਾਈਜ਼ ਕਰਾਂਗੇ, ਇਹ ਕਿੰਨੀ ਕੁ ਦੇਰ ਦੀ ਇਹਦੀ ਲਾਈਫ ਹੋਊਗੀ? ਮੇਰੇ ਖਿਆਲ ਸਾਲ ਵੀ ਇਹ ਨਹੀਂ ਕੱਢੂਗੀ। ਇੱਥੇ ਵੱਡਾ ਹਾਦਸਾ ਹੋਣ ਦਾ ਖਤਰਾ। ਅਗਰ ਇਹ ਸਾਨੂੰ ਵਿਖਾ ਦੇਣ ਵੀ ਸਾਡਾ ਤਿੰਨ ਨੰਬਰ ਦੇ ਨਾਲ ਹੋਇਆ ਉੱਥੇ ਐਗਰੀਮੈਂਟ, ਜਾਂ ਡੇਢ ਨੰਬਰ ਦੇ ਨਾਲ ਹੋਇਆ, ਜਾਂ ਪੰਜ ਨੰਬਰ ਦੇ ਨਾਲ ਹੋਇਆ, ਐਗਰੀਮੈਂਟ ਦਿਖਾ ਦੇਣ, ਅਸੀਂ ਮੰਨ ਲੈਂਦੇ ਹਾਂ ਵੀ ਸਰਕਾਰ ਇਹੋ ਜਿਹੇ ਸਾਡੇ ਗੰਦੇ ਕੰਮ ਕਰ ਰਹੀ ਹੈ। ਦੱਸੋ, ਇਹ ਲੋਕਾਂ ਦੀ ਜਾਨ ਦੇ ਨਾਲ ਸ਼ਰੇਆਮ ਦੇਖੋ ਮਤਲਬ ਖੇਡਿਆ ਜਾ ਰਿਹਾ। ਸੋ ਅਗਰ ਇਹ ਇਸ ਤੋਂ ਬਾਜ਼ ਨਹੀਂ ਆਉਣਗੇ ਤਾਂ ਅਸੀਂ ਸੰਘਰਸ਼ ਕਰਾਂਗੇ, ਅਸੀਂ ਇੱਥੇ ਰੋਕਾਂਗੇ ਕੰਮ ਨੂੰ। ਇਹ ਸਾਨੂੰ ਇਹਦੇ 'ਤੇ ਸੈਟਿਸਫੈਕਸ਼ਨ ਦੇਣ, ਜਸਟੀਫਿਕੇਸ਼ਨ ਦੇਣ ਵੀ ਆ ਸਾਡਾ ਸਰਕਾਰ ਦੇ ਨਾਲ ਸਾਡਾ ਜਿਹੜਾ ਐਗਰੀਮੈਂਟ ਹੋਇਆ, ਅਸੀਂ ਡੇਢ ਨੰਬਰ ਦਾ ਹੋਇਆ, ਤਿੰਨ ਨੰਬਰ ਦਾ ਹੋਇਆ, ਪੰਜ ਨੰਬਰ ਨਹੀਂ ਜੀ। ਇਸ ਟਾਈਮ ਤਾਂ ਮੈਂ ਇਹਨਾਂ ਨੂੰ ਅਲਟੀਮੇਟਮ ਦੇਣ ਵਾਸਤੇ ਆਇਆ। ਅਗਰ ਇੱਕ ਅਦੇ ਦਿਨ 'ਚ ਇਹ ਕੰਮ ਨਹੀਂ ਰੋਕਦੇ ਤਾਂ ਅਸੀਂ ਵੱਡੇ ਪੱਧਰ 'ਤੇ ਇੱਥੇ ਸਾਰੇ ਲੋਕ ਇਕੱਠੇ ਹੋ ਕੇ, ਕਿਉਂਕਿ ਸਾਡੇ ਏਰੀਏ ਦਾ ਕੰਮ ਹੈ, ਇੱਥੋਂ ਆਪਦਾ ਵਸਨੀਕ ਹੈ, ਇੱਥੋਂ ਦਾ ਇੱਥੇ ਅਸੀਂ ਆਉਣਾ, ਸਾਡੇ ਲੋਕਾਂ ਨੇ ਆਉਣਾ। ਅਸੀਂ ਨਹੀਂ ਚਾਹੁੰਦੇ ਕੋਈ ਵੱਡਾ ਹਾਦਸਾ ਵਾਪਰੇ, ਇਹ ਰੇਲ ਦਾ ਕੰਮ ਹੈ, ਕੋਈ ਆਮ ਛੋਟੇ ਮੋਟੇ ਰੇੜੇ ਨਹੀਂ ਲੰਘਣੇ। ਦੇਖ ਸਕਦੇ ਹੋ ਵੀ ਇਹਦੇ 'ਚ ਇੱਕ ਇੱਟ ਮਾੜੀ ਹੈ ਕਿ ਸਾਰੀਆਂ ਇੱਟਾਂ ਹੀ ਮਾੜੀਆਂ ਨੇ? ਆਹ ਸਾਈਡ ਲੱਗੀ ਹੋਈ ਹੈ ਜੀ, ਉਹ ਸਾਹਮਣੇ ਸਾਰੀ ਇੱਟ ਪਈ ਆ, ਆਹ ਸਾਹਮਣੇ ਪਈ ਹੈ ਇੱਟ, ਉੱਧਰ ਵੀ ਇੱਟ ਪਈ ਹੈ, ਆਹ ਸਾਈਡ 'ਤੇ ਇੱਟ ਦਿਸੀ ਜਾਂਦੀ ਹੈ। ਹੋਰ ਕੁਛ ਟਾਈਮ ਦੇ ਵਿੱਚ ਇਹਨਾਂ ਨੇ ਸਾਰਾ ਏਰੀਆ ਭਰ ਦੇਣਾ। ਹੁਣ ਤਾਂ ਸਾਨੂੰ ਸਾਹਮਣੇ ਕੈਮਰੇ ਦੇ ਵਿੱਚ ਸਾਨੂੰ ਨੰਗੀ ਅੱਖ ਦੇ ਨਾਲ ਦਿਸ ਰਿਹਾ। ਅਗਰ ਇਹਨਾਂ ਨੇ ਮਿੱਟੀ ਭਰਤੀ, ਸਾਨੂੰ ਫਿਰ ਦਿਸਣੋਂ ਹਟ ਜਾਏਗਾ, ਇਹਨਾਂ ਨੇ ਮੰਨਣਾ ਨਹੀਂ ਕਾ, ਫਿਰ ਸਾਨੂੰ ਥੱਲੋਂ ਪੱਟਣਾ ਪਏਗਾ। ਇਹ ਲਗਭਗ ਸਾਰੀ ਦੀ ਸਾਰੀ ਇੱਟ ਜਿਹੜੀ ਆ ਮੇਰੇ ਖਿਆਲ ਕਰੀਬ ਕਰੀਬ ਥੱਲੇ ਵੀ ਡੰਗਾਈ ਇਹਨਾਂ ਨੇ ਨੱਪੀ ਹੈ, 15 ਫੁੱਟ ਦੇ ਕਰੀਬ ਹੋਣਾ, 12-15 ਫੁੱਟ ਦੇ ਕਰੀਬ ਇਹ ਸਾਰੀ ਬਿੱਲੀ ਡੇਢ ਨੰਬਰ ਇੱਟ ਲੱਗ ਰਹੀ ਹੈ। ਲੋਟਮੈਂਟ ਦੇ ਵਿੱਚ ਜੋ ਵੀ ਸਾਡੇ ਕੋਲ ਇੱਟ ਹੈਗੀ ਹੈ ਉਹੀ ਇੱਟ ਲੱਗ ਰਹੀ ਹੈ। ਪੁਰਾਣੀ ਨਹੀਂ, ਪੁਰਾਣੀ ਨਹੀਂ, ਨਿਊ ਇੱਟ ਲੱਗ ਰਹੀ ਹੈ, ਜਿਹੜੀ ਡਿਸਮੈਂਟਰਿੰਗ ਇੱਟ ਕੀਤੀ ਹੈ, ਪੁਰਾਣੀ ਕੁਛ ਪੁਰਾਣੀ ਵੀ ਲੱਗ ਰਹੀ ਹੈ। 3 ਦੀ ਰੇਸ਼ੋ ਨਾਲ ਫਰੋਗ ਭਰ ਕੇ ਟੈਸਟ ਡੇਲੀ ਕਰ ਰਹੇ ਹਾਂ, ਉਹਦਾ ਵਾਟਰ ਬੋਕਸ ਨੂੰ ਸਾਰਾ ਬ੍ਰਿਕਸ ਵਗੈਰਾ ਸਾਰੀ ਡੇਲੀ ਚੈੱਕ ਹੋ ਰਹੀ, ਕੋਈ ਦਿੱਕਤ ਨਹੀਂ ਹੈਗੀ। ਕੀ ਕੰਮ ਕੀ ਇਹਦੇ ਕਰਨਾ ਤੁਸੀਂ? ਪਲੇਟਫਾਰਮ ਦਾ ਕੰਮ ਹੈ, ਬ੍ਰਿਕ ਵਰਕ ਹੈਗੀ ਹੈ, ਉਸ ਤੋਂ ਬਾਅਦ ਮਤਲਬ ਅਸੀਂ ਸੀਸੀ ਕਰਾਂਗੇ ਸਾਰੀ ਜੋ ਵੀ ਹੋਏਗੀ, ਪੈਡੀ ਵਗੈਰਾ ਬਣਾਵਾਂਗੇ, ਜੋ ਵੀ ਕੋਈ ਹੋਰ ਰਿਪੇਅਰ ਵਗੈਰਾ ਕੁਆਟਰਾਂ ਦੀ ਕਰਨ ਵਾਲੀ ਹੋਏਗੀ ਕਰਾਂਗੇ। ਜੋ ਵੀ ਟਰਾਲੀ ਆਉਂਦੀ ਉਹਦੇ ਵਿੱਚ ਕੋਈ 10-20 ਇੱਟਾਂ 30 ਇੱਟਾਂ ਮਾੜੀਆਂ ਆ ਜਾਂਦੀਆਂ ਨੇ, ਉਹ ਤੁਹਾਡੇ ਹੱਥ ਇੱਟ ਲੱਗ ਗਈ ਹੋਏਗੀ, ਅਸੀਂ ਮੰਨਦੇ ਹਾਂ। ਤੁਸੀਂ ਕੋਈ ਹੋਰ ਵੀ ਇੱਟ ਚੈੱਕ ਕਰਕੇ ਦੇਖ ਸਕਦੇ ਹੋ, ਜੋ ਵੀ ਸਾਡੇ ਕੋਲ ਮੌਕੇ 'ਤੇ ਐਜ਼ ਪ੍ਰੈਜੈਂਟ DNET ਦੇ ਮੁਤਾਬਿਕ ਅਸੀਂ ਉਹੀ ਇੱਟ ਨੂੰ ਬ੍ਰਿਕਸ ਨੂੰ ਯੂਜ਼ ਕਰ ਰਹੇ ਹਾਂ। ਅਸਤਰ ਇਸ ਕਰਕੇ ਨਹੀਂ ਕਰ ਰਹੇ ਅਸੀਂ ਵੀ ਬ੍ਰਿਕ ਵਰਕ ਕਰਕੇ, ਜਾਂ ਕੋਈ ਟਾਈਮ ਪੀਰੀਅਡ ਦੀ ਸਾਨੂੰ ਅਸੀਂ ਨਾਲੋਂ ਨਾਲ ਸਾਨੂੰ ਪਿੱਛੋਂ ਮਤਲਬ ਟਾਈਮ ਪੀਰੀਅਡ ਸਾਡੇ ਕੋਲ ਬਹੁਤ ਕੰਮ ਹੈ, ਅਸੀਂ ਨਾਲ ਤਾਂ ਨਾਲੋਂ ਨਾਲ ਸਾਰਾ ਵਰਕ ਕਰੀ ਜਾ ਰਹੇ ਹਾਂ। ਜ਼ਰੂਰੀ ਨਹੀਂ ਵੀ ਅਸੀਂ ਕੋਈ ਇੱਟਾਂ ਕਰਕੇ ਵੀ ਕੋਈ ਸਰ ਨਾ ਹੀ ਇੱਟ ਅਸੀਂ ਮਾੜੀ ਲਾ ਰਹੇ ਹਾਂ, ਕੋਈ ਇੱਦਾਂ ਦੀ ਪ੍ਰੋਬਲਮ ਹੋ ਕਿ ਵਿੱਚ ਇੱਟਾਂ ਮਾੜੀਆਂ ਆਈਆਂ? ਕੋਈ ਟਰਾਲੀ, ਜੋ ਵੀ ਟਰਾਲੀ ਆ ਰਹੀ ਉਹਦੇ ਵਿੱਚ ਕੋਈ ਵੀ ਲਾਟ ਦੇ ਵਿੱਚ ਕੋਈ 10-20 ਇੱਟਾਂ ਮਾੜੀਆਂ ਆ ਜਾਂਦੀਆਂ ਨੇ।